हाँ जी नमस्कार सत श्री अकाल। मैं तो अपना जिंदा सुना रणजीत कौर बाबे शिव शक्ति हंस। अज असी खड़े हैं जनता कलोनी और पिंड गिल जिला लुधियाना और जन्नत ब्यूटी पार्लर और मेरी बेटी कुलियाहो और बहुत सारे कहते मतलब जिदा कहते मतलब दुल्हन वगैरह तैयार होनी होंदिया ने वो करवा सकते जिदा कि हम बहर लोग आते हैं जिदा हम कनेडा अमरीका तो है ना विह फंक्शन वगैरह होंगे ने और तैयार होने ली और इन्हों का नंबर ले लो और तुसी अपना फोन कर सकते हो। हेलो एवरीवन, माय नेम इज किरणदीप कौर। मैं जनता कलोनी स्ट्रीट नंबर 1 जन्नत ब्यूटी सलून एंड अकेडमी। मेरे पार्लर से अज रणजीत कौर भाभी जी अपना फेशियल का ट्रीटमेंट लैन आए हैं। तो मेरी न्यू ओपनिंग मैं हरेक सर्विस लैस प्राइस रखी है। जिम्मे रणजीत कौर भाभी जी आए ने उन्हें तुम भी मेरे पार्लर से आके सर्विस लै सकते हो। जो भी सिर दुखा करूगा चाके पटा बंद कर लेने सिर ते ठीक है ना। जिदा कहने मैं ब्यूटी पार्लर का काम हो गया ऑनलाइन वगैरह है ना बुकिंग वगैरह हां करवा सकते हो तुसी अते और जाके मिलो। मेरे पार्लर की न्यू ओपनिंग मैं स्किन नेल हेयर मेकअप ले बहुत ही लैस प्राइस रखिया। तुसी अपनी बुकिंग करवाओ ठीक है। तो नेल्स दे बहुत ही घट विच मैं कोर्सिस रख ਦੁੱਖਾਂ ਵਾਧਿਆ ਮੈਨੂੰ ਚੌਲ ਮੇਰੇ ਦਿਲ 'ਚ ਪੈਂਦੇ ਹੌਲ ਕਦੋਂ ਕਰਦੀ ਆ ਕਲੋਲ ਮੇਰੇ ਕੰਨ ਕਿਤੇ ਤੂੰ ਬੋਲੇ ਮੈਂ ਕਿਹਾ ਦੇਖ ਭਾਬੀ ਦੇ ਡੌਲੇ ਮੈਂ ਕਿਹਾ ਦੇਖ ਭਾਬੀ ਦੇ ਡੌਲੇ। ਲਓ ਜੀ ਬਾਕੀ ਗੱਲ ਮੇਰੀ ਬੇਟੀ ਕਰੂਗੀ। ਹੈਲੋ ਐਵਰੀਵਨ, ਮਾਈ ਨੇਮ ਇਜ਼ ਕਿਰਨਦੀਪ ਕੌਰ। ਆਈ ਐਮ ਅ ਮੇਕਅਪ ਆਰਟਿਸਟ ਐਂਡ ਨੇਲ ਟੈਕਨੀਸ਼ੀਅਨ ਔਰ ਜਨਤ ਬਿਊਟੀ ਸੈਲੂਨ ਐਂਡ ਅਕੈਡਮੀ ਜਨਤਾ ਕਲੋਨੀ ਗਿੱਲ ਲੁਧਿਆਣਾ। ਮੈਂ ਮੇਰੇ ਸੈਲੂਨ ਦੀ ਨਿਊ ਓਪਨਿੰਗ ਲਈ ਮੈਂ ਹਰੇਕ ਸਰਵਿਸ ਬਹੁਤ ਹੀ ਘੱਟ ਰੇਟ ਵਿੱਚ ਰੱਖੀ ਹੈ। ਮੈਂ ਨੇਲ ਦਾ ਮੇਕਅਪ ਦਾ ਸਕਿਨ ਦਾ ਹਰੇਕ ਵਰਕ ਅਤੇ ਤੁਸੀਂ ਜਲਦੀ ਹੀ ਆਪਣੀ ਬੁਕਿੰਗ ਕਰਵਾਓ ਅਤੇ ਜਲਦੀ ਹੀ ਮੇਰੇ ਪਾਰਲਰ 'ਤੇ ਆਓ। ਅੱਜ ਤੁਹਾਨੂੰ ਇੱਕ ਖਾਸ ਗੱਲ ਦੱਸਣੀ ਸੀ। ਅੱਜ ਮੇਰੇ ਪਾਰਲਰ 'ਤੇ ਸਰਵਿਸ ਲਈ ਰਣਜੀਤ ਕੌਰ ਭਾਬੀ ਜੀ ਆਏ ਨੇ ਆਪਣਾ ਫੇਸ਼ੀਅਲ ਦਾ ਟ੍ਰੀਟਮੈਂਟ ਲੈਣ ਲਈ। ਤਾਂ ਤੁਸੀਂ ਇਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹੋ। ਦੇਖੋ ਜੀ ਮੈਂ ਤਿਆਰ ਹੋਣ ਵਾਸਤੇ ਆਈ ਹਾਂ ਠੀਕ ਆ। ਤੁਹਾਡੇ ਕੋਲ ਲਹਿੰਗਾ ਲੁੱਕਾ ਹੈਗਾ ਨਾ? ਹਾਂਜੀ ਹਾਂਜੀ। ਅਤੇ ਮੇਰੇ ਪਾ ਦਿਓ ਠੀਕ ਹੈ ਨਾ, ਮੈਂ ਵਿਆਹ ਕਰਾਉਣ ਲੱਗੀ ਦੂਜਾ ਸਲਮਾਨ ਖਾਨ ਨਾਲ ਵਿਆਹ ਕਰਾਉਣਾ। ਮੇਰੀ ਗੱਲ ਸੁਣੋ ਰਣਜੀਤ ਗੋਰੇ, ਮੈਂ ਤੇਰੇ ਮੂਹਰੇ ਹੱਥ ਜੋੜਦਾ, ਮੇਰਾ ਤਾਂ ਵਿਆਹ ਹੀ ਹੋਣਾ। ਮੇਰੀ ਤਾਂ ਹੁਣ ਉਮਰ ਹੀ ਇੰਨੀ ਹੋ ਗਈ। ਜਲਦੀ ਹੀ ਆਪਣੀ ਬੁਕਿੰਗ ਕਰਵਾਓ ਅਤੇ ਮੇਰੇ ਇਸ ਐਡਰੈਸ 'ਤੇ ਜਨਤਾ ਕਲੋਨੀ ਸਟ੍ਰੀਟ ਨੰਬਰ 1 ਗਿੱਲ ਲੁਧਿਆਣਾ ਅਤੇ ਤੁਸੀਂ ਜਲਦੀ ਹੀ ਵਿਜ਼ਿਟ ਕਰੋ। ਮੇਰੀ ਗੱਲ ਸੁਣੋ, ਮੈਂ ਤਾਂ ਪਹਿਲਾਂ ਹੀ ਚਾਹੁੰਦਾ ਮੈਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਵਿਆਹ ਕਰਾਵੇ। ਮੈਂ ਫਟਾਫਟ ਆਪਣੀ ਸਾਲੀ ਨਾਲ ਵਿਆਹ ਕਰਾਵਾਂ ਠੀਕ ਹੈ ਨਾ। ਮੇਰੀ ਤਾਂ ਸਾਲੀ ਪਹਿਲਾਂ ਮੈਨੂੰ ਉਡੀਕਦੀ ਆ ਵੀ ਕਦੋਂ ਆਵੇ ਇਹਨੂੰ ਛੱਡ ਕੇ। ਮੈਂ ਦੱਸ ਇਹ ਕੀ ਕਰਦੀ ਆ ਝੋਟੇ ਯਾਰ ਕੀ ਤਾਂ ਹੈਗੀ ਆ ਇਹ ਪਹਿਲਾਂ ਹੀ ਹੈ। ਉਹ ਤਾਰੇ ਬਤਾਉਂ ਵਾਰ ਗਿਆ ਪਰੇ ਹੋ ਜਾ ਮੇਰੇ ਕੋਲ, ਮੈਂ ਤਾਂ ਪਹਿਲਾਂ ਹੀ ਪਤਾ ਸੀ ਤੇਰਾ, ਮੈਂ ਤਾਂ ਇਸੇ ਕਰਕੇ ਸ਼ੱਕ ਸੀਗੀ। ਨਹੀਂ ਨਹੀਂ ਮੈਂ ਕਾਲੇ ਬਤਾਉਂ ਵਰਗਾ, ਉਹ ਯਾਰ ਮੇਰੀ ਮਾਂ ਨੇ ਪਹਿਲਾਂ ਹੀ ਮੈਨੂੰ ਕਾਲਾ ਜੰਮਿਆ ਵੀ ਇਹਨੂੰ ਨਜ਼ਰ ਨਾਲ ਲੱਗੇ ਸਾਂਹ ਲੱਗੇ। ਪਹਿਲਾਂ ਜਿੰਨੇ ਮੇਰੇ ਭਾਈ ਹੋਏ ਨੇ ਸਾਰੇ ਗੋਰੇ ਚਿੱਟੇ ਦੁੱਧ ਧਾਰ ਕੇ ਹੋਏ ਸੀ, ਉਹਨਾਂ ਨੂੰ ਵਿਚਾਰੇ ਨੂੰ ਨਜ਼ਰ ਲੱਗ ਗਈ। ਕੋਈ ਵਿਚਾਰਾ ਅੱਖੋਂ ਅੰਨਾ ਹੋ ਗਿਆ ਠੀਕ ਹੈ ਨਾ, ਕੋਈ ਕਿੱਦਾਂ ਹੋ ਗਿਆ ਕੋਈ ਕਿੱਦਾਂ ਹੋ ਗਿਆ। ਹੁਣ ਇੱਕ ਮੈਂ ਹੀ ਬੈਠਾ ਵਾਂ ਜਿਹੜਾ ਕਹਿੰਦੇ ਮੈਂ ਸਿੱਧਾ ਸਾਧਾ ਵਾਂ ਠੀਕ ਆ। ਅਤੇ ਇਸ ਕਰਕੇ ਮੈਂ ਤੈਨੂੰ ਕਹਿੰਦਾ ਤੂੰ ਕਿਹਦੇ ਨਾਲ ਕਹਿੰਦੀ ਸਲਮਾਨ ਖਾਨ ਨਾਲ ਵਿਆਹ ਕਰਾਉਣਾ? ਹਾਂਜੀ, ਗੋਰਾ ਚਿੱਟਾ ਵਾ, ਇੰਨੇ ਸਾਰੇ ਪੈਸੇ ਉਹਦੇ ਕੋਲੇ, ਤੂੰ ਦੱਸ ਕੀ ਲੈਣਾ ਵਾ? ਅੱਛਾ ਤੂੰ ਤਾਂ ਵਿਆਹ ਸਲਮਾਨ ਖਾਨ ਨਾਲ ਹੀ ਕਰਾਉਣਾ ਹੈ।
ਇਸ਼ਟਾ ਤੇ ਰੀਲ ਬਣਾਉਂਦੀ ਆ ਭਾਬੀ ਕੱਦੂ ਵਰਗੀ, ਕਈਆਂ ਨੂੰ ਖੁੰਝੇ ਲਾਉਂਦੀ ਆ ਭਾਬੀ ਕੱਦੂ ਵਰਗੀ, ਨਾਲੇ ਨੱਚੇ ਨਾਲੇ ਗਾਉਂਦੀ ਆ ਭਾਬੀ ਕੱਦੂ ਵਰਗੀ। ਲਓ ਜੀ, ਮੇਰੇ ਸ਼ਿਵ ਸ਼ਕਤੀ ਹੰਸ ਨੇ ਵੀ ਇਹਦੇ ਵਿੱਚ ਗਾਇਆ ਵਾ, ਹੈ ਨਾ। ਸ਼ਿਵ ਸ਼ਕਤੀ ਹੰਸ ਕਹਿੰਦਾ ਮੈਨੂੰ, ਕਹਿੰਦਾ ਪਾਪਾ ਜੀ, ਮੈਂ ਕਿਹਾ ਪਾਪਾ ਜੀ, ਮੈਂ ਕਿਹਾ ਸਾਡਾ ਡੈਡੀ ਆ ਪਾਪਾ, ਪੁਰਾਣੇ ਜ਼ਮਾਨੇ ਦੇ ਵਿੱਚ ਆਪਾਂ ਪਾਪਾ ਕਹਿੰਦੇ ਸੀ, ਤੂੰ ਡੈਡੀ ਕਿਆ ਕਰ ਰਿਹਾ। ਅਤੇ ਫਿਰ ਕਹਿੰਦਾ ਫਿਰ ਡੈਡੀ ਮੇਰੀ ਗੱਲ ਸੁਣ ਲੈ, ਹੈ ਨਾ ਕਿ ਨਹੀਂ, ਤੂੰ ਅੱਜ ਜਿਹੜੀ ਮੈਂ ਗੱਲ ਕਹਿੰਦਾ ਤੂੰ ਆਪਣੇ ਦਿਮਾਗ 'ਚ ਪਾ ਦਾ। ਮੈਂ ਕਿਉਂ? ਤੂੰ ਕਹਿੰਦਾ ਮੰਮੀ ਨਾਲ ਲੜਿਆ ਨਹੀਂ ਕਰਨਾ। ਮੈਂ ਕਿਉਂ? ਅੱਛਾ। ਫਿਰ ਨੰਨੂ ਔਰ ਸਿੱਬੂ ਨੇ ਵੀ ਮੇਲਾ ਦਾ ਇੱਕ ਗਾਣਾ ਮੈਨੂੰ ਸੁਣਾ ਹੀ ਦਿੱਤਾ ਨਾ, ਕਹਿੰਦੇ ਮੰਮੀ ਡੈਡੀ ਲੜਦੇ ਰਹਿੰਦੇ, ਮੰਮੀ ਡੈਡੀ ਲੜਦੇ ਰਹਿੰਦੇ, ਮੇਰੇ ਵਿਆਹ ਦਾ ਖਿਆਲ ਨਾ ਕਰਦੇ, ਮੈਂ ਤਾਂ ਭੱਜ ਕੇ ਵਿਆਹ ਕਰਾਊਂਗੀ ਭਾਬੀ ਕੱਦੂ ਵਰਗੀ, ਨਾਲੇ ਨੱਚੂ ਨਾਲੇ ਗਾਊਗੀ ਭਾਬੀ ਕੱਦੂ ਵਰਗੀ, ਇਸ਼ਟਾ ਤੇ ਰੀਲ ਬਣਾਊਗੀ ਭਾਬੀ ਕੱਦੂ ਵਰਗੀ। ਮੈਂ ਕਿਹਾ ਬੇਟੇ ਸ਼ਿਵ ਸ਼ਕਤੀ, ਜਿੱਥੇ ਤੂੰ ਆਖੂੰਗਾ ਪੁੱਤ ਮੈਂ ਉੱਥੇ ਵਿਆਹ ਕਰਾਂਗਾ, ਕਿਉਂਕਿ ਜਿਹੜਾ ਭਜਣਾ ਭਜਾਉਣਾ ਇਹਦੇ ਵਿੱਚ ਮਾਂ ਬਾਪ ਦਾ ਨੱਕ ਕੱਟਿਆ ਜਾਂਦਾ ਵਾ। ਔਰ ਕਹਿੰਦਾ ਡੈਡੀ ਨੱਕ ਤਾਂ ਤੇਰਾ ਪਹਿਲਾਂ ਹੀ ਮੰਮੀ ਨੇ ਕੱਟਿਆ, ਦੂਜਾ ਵਿਆਹ ਕਰਾਉਣ ਲੱਗੀ ਹੈ ਸਲਮਾਨ ਖਾਨ ਦੇ ਨਾਲ। ਮੈਂ ਕਿਹਾ ਪੁੱਤ ਉਹਦੀਆਂ ਕਹਿਣ ਦੀਆਂ ਗੱਲਾਂ ਨੇ, ਚੱਲ ਕਰਾ ਵੀ ਲਓਗੀ ਸਲਮਾਨ ਖਾਨ ਦੇ ਨਾਲ ਕਰਾ ਲੈਣ ਦੇ, ਉਹਨੂੰ ਵੀ ਬੜਾ ਬੇਮੌਕੇ ਜਨਾਨੀ ਮਿਲ ਜੂਗੀ, ਕਹਿੰਦੇ ਗੋਲ ਗੱਪੇ ਵਰਗੀ।